ਚਲੋ ਕੁਝ ਹੋਰ ਖਬਰਾਂ ਲੈਣੇ ਆ। ਖਬਰ ਬਰਨਾਲਾ ਤੋਂ ਹੈ। ਬਰਨਾਲਾ ਦੇ ਵਿੱਚ ਜੀ ਪੰਜਾਬ ਰਾਣਾ ਹਿਮਾਚਲ ਦੀ ਖਬਰ ਦੇਖਣ ਤੋਂ ਬਾਅਦ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਹੁਕਮ ਦਿੱਤਾ ਹੈ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ। ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਜੀ ਪੰਜਾਬ ਹਰਿਆਣਾ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਲਗਾਤਾਰ ਜੀ ਪੰਜਾਬ ਰਾਣਾ ਹਿਮਾਚਲ ਵੱਲੋਂ ਇਹ ਖਬਰ ਕੱਲ੍ਹ ਦਿਖਾਈ ਗਈ ਸੀ ਅਤੇ ਅੱਜ ਪੰਜ ਲੋਕਾਂ ਦੇ ਖਿਲਾਫ ਇਸ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਕੱਲ ਇੱਕ ਔਰਤ ਅਤੇ ਉਸਦੇ ਜਵਾਨ ਪੁੱਤਰ ਨੇ ਖੁਦਕੁਸ਼ੀ ਕੀਤੀ ਸੀ। ਜਗਤਾਰ ਪੁੱਲਰ ਸਾਡੇ ਪੱਤਰਕਾਰ ਇਸ ਖਬਰ ਤੇ ਵਧੇਰੇ ਜਾਣਕਾਰੀ ਦੇ ਰਹੇ ਨੇ। ਜੀ ਜਗਤਾਰ, ਕੀ ਜਾਣਕਾਰੀ ਹੈ ਇਸ ਖਬਰ ਦੇ ਵਿੱਚ? ਬਿਲਕੁਲ, ਕਹਿ ਸਕਦੇ ਜਦੋਂ ਬੀਤੇ ਦਿਨ ਜੀ ਪੰਜਾਬ ਹਰਿਆਣਾ ਹਿਮਾਚਲ ਖਬਰ ਨੂੰ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਦਿਖਾਇਆ ਗਿਆ ਤੇ ਉਸੇ ਸਮੇਂ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਨੋਟਿਸ ਲੈਂਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੁਲਾਕਾਤ ਕੀਤੀ ਹੈਗੀ ਹੈ। ਪੂਰੀ ਘਟਨਾ ਦੀ ਨਿੰਦਾ ਵੀ ਕੀਤੀ ਗਈ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ, ਸੈਂਟਰ ਨੂੰ ਮਦਦ ਵੀ ਕਰਨੀ ਚਾਹੀਦੀ ਹੈਗੀ ਹੈ, ਲੇਕਿਨ ਨਾਲ ਦੀ ਨਾਲ ਕਿਹਾ ਕਿ ਅੱਜ ਤੋਂ ਬਾਅਦ ਕਿਸੇ ਵੀ ਕਿਸਾਨ ਦੀ ਜਿਹੜੀ ਜ਼ਮੀਨ ਆ ਉਹ ਕੁਰਕ ਨਹੀਂ ਹੋਣ ਦਿੱਤੀ ਜਾਊਗੀ, ਔਰ ਅਗਰ ਏਦਾਂ ਦੀ ਕੋਈ ਕਾਰਵਾਈ ਹੋਊ ਤੇ ਕੁਰਕੀ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਔਰ ਜਦਕਿ ਪੰਜਾਬ ਸਰਕਾਰ ਨੇ ਸੈਟਲਮੈਂਟ ਬਿੱਲ ਵੀ ਪਾਸ ਕਰ ਦਿੱਤਾ ਗਾ, ਉਹਦੇ ਮੁਤਾਬਕ ਹੀ ਇਹ ਸਾਰੇ ਜਿਹੜੇ ਮਸਲੇ ਵਿਚਾਰੇ ਜਾਣਗੇ, ਔਰ ਜਬਰਨ ਕਿਸੇ ਦੀ ਵੀ ਜਿਹੜੀ ਕੁਰਕੀ ਆ ਉਹ ਨਹੀਂ ਹੋਣ ਦਿੱਤੀ ਗਈ। ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਆ। ਜਥੇਦਾਰ ਤੋਤਾ ਸਿੰਘ ਨੇ ਖੁਦ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਨੇ ਕੱਲ ਹੀ ਖਬਰ ਦੇਖਦਿਆਂ ਸਾਰੀ ਨੋਟ ਲਿਆ ਸੀ ਤੇ ਔਰ ਖੁਦ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਸੀ। ਉਸ ਤੋਂ ਤੁਰੰਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਤੇ ਨਾਲ ਦੀ ਨਾਲ ਆਪਣੇ ਜਿਹੜੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਦੇ ਪ੍ਰਮੁੱਖ ਸਕੱਤਰ ਅਟੈਚ ਨੇ ਐਸ ਕੇ ਸੰਧੂ, ਉਹਨਾਂ ਨੂੰ ਆਰਡਰ ਦਿੱਤੇ ਹੈਗੇ ਤੇ ਕਿ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਲਿਖਤੀ ਆਰਡਰ ਪਾਸ ਕੀਤੇ ਜਾਣ ਕਿ ਕਿਸੇ ਵੀ ਕਿਸਾਨ ਦੀ ਜਿਹੜੀ ਜ਼ਮੀਨ ਆ ਉਹ ਕੁਰਕੀ ਨਹੀਂ ਹੋਣ ਦਿੱਤੀ ਜਾਏਗੀ। ਜੀ ਜਗਤਾਰ, ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਦੇਣ ਦੇ ਲਈ। ਤੇ ਵੱਡੀ ਖਬਰ ਹੈ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿਸੇ ਵੀ ਕਿਸਾਨ ਦੀ ਜਿਹੜੀ ਜ਼ਮੀਨ ਆ ਕੁਰਕ ਨਹੀਂ ਕੀਤੀ ਜਾਏਗੀ ਕੱਲ੍ਹ, ਕਿਉਂਕਿ ਮੰਦਭਾਗੀ ਖਬਰ ਆਈ ਸੀ। ਤੇ ਬਰਨਾਲਾ ਵਿੱਚ ਜਿਸ ਤੋਂ ਦੱਸੇ ਕਿ ਪੰਜ ਲੋਕਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਕਿਸਾਨ ਮਾਂ ਪੁੱਤਰ ਦੀ ਖੁਦਕੁਸ਼ੀ ਦਾ ਇਹ ਮਾਮਲਾ ਸੀ ਤੇ ਪੁਲਿਸ ਨੇ ਪੰਜ ਲੋਕਾਂ ਦੇ ਖਿਲਾਫ ਇੱਥੇ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਕਿਸਾਨ ਮਾਂ ਪੁੱਤਰ ਦਾ ਹਾਲੇ ਤੱਕ ਅੰਤਮ ਸੰਸਕਾਰ ਵੀ ਨਹੀਂ ਹੋਇਆ। ਹਾਲਾਂਕਿ ਇਸ ਤੋਂ ਬਾਅਦ ਹੁਣ ਮੁੱਖ ਮੰਤਰੀ ਦਾ ਇੱਕ ਵੱਡਾ ਹੁਕਮ ਆ ਗਿਆ ਕਿ ਹੁਣ ਕਿਸੇ ਦੀ ਜ਼ਮੀਨ ਕੁਰਕ ਨਹੀਂ ਕੀਤੀ ਜਾਏਗੀ। ਆੜ੍ਹਤੀ ਦੇ ਕਰਜ਼ ਤੋਂ ਪਰੇਸ਼ਾਨ ਹੋ ਕੇ ਇਹਨਾਂ ਨੇ ਖੁਦਕੁਸ਼ੀ ਕੀਤੀ ਸੀ। ਇਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਇਜਾਜ਼ਤ ਦਿਓ, ਧੰਨਵਾਦ।